ਕਹਾਣੀ ਵਾਲੀ ਸੁਣ ਲਾ। ਸੋ ਉਸ ਬਿਆਨ ਨੂੰ ਲੈ ਕੇ ਬੜੀ ਵੱਡੀ ਪੱਧਰ ਤੇ ਮੁੱਖ ਮੰਤਰੀ ਸਾਹਿਬ ਰਾਜਨੀਤੀ ਕਰਦੇ ਨਜ਼ਰ ਆ ਰਹੇ ਆ। ਮੁੱਖ ਮੰਤਰੀ ਸਾਹਿਬ ਸੁਰੱਖਿਆ ਵਿਦਡਰਾਅ ਕਰ ਲਓ ਜੀ, ਬੈਂਸ ਤੇ ਐਫ ਆਈ ਆਰ ਦੇ ਦਿਓ ਜੀ। ਮੈਂ ਕਹਿਣਾ ਚਾਹੁੰਦਾ, ਮੇਰਾ ਉਹ ਸਟੇਟਮੈਂਟ ਉਹਦੀ ਇੰਟਰਪ੍ਰੀਟੇਸ਼ਨ ਜਿਹੜੇ ਲੋਕ ਗਲਤ ਕਰਦੇ ਆ, ਮੈਂ ਉਹਨਾਂ ਵਾਸਤੇ ਦੱਸਣਾ ਚਾਹੁੰਦਾ। ਮੈਂ ਆਪਣੇ ਬਿਆਨ ਦੇ ਵਿੱਚ ਕਿਤੇ ਇਹ ਗੱਲ ਨਹੀਂ ਕਹੀ ਕਿ ਮੈਂ ਹੱਥ ਕੱਟਣ ਦੀ ਸ਼ਲਾਘਾ ਕਰਦਾ, ਪ੍ਰਸ਼ੰਸਾ ਕਰਦਾ। ਮੈਨੂੰ ਦੁੱਖ ਅਤੇ ਅਫਸੋਸ ਆ, ਉਹ ਅਧਿਕਾਰੀ, ਉਹ ਮੁਲਾਜ਼ਮ ਪੁਲਿਸ ਦਾ ਜਿਹਦਾ ਹੱਥ ਕੱਟਿਆ ਹੈਗਾ, ਉਹ ਵੀ ਕਿਸੇ ਦਾ ਪੁੱਤ ਆ, ਕਿਸੇ ਦਾ ਭਰਾ ਹੈਗਾ, ਮੈਨੂੰ ਦੁੱਖ ਅਤੇ ਅਫਸੋਸ। ਪਰ ਮੈਂ ਉਹਨਾਂ ਅਧਿਕਾਰੀਆਂ ਦੀ ਜਿਨ੍ਹਾਂ ਨੇ ਪਿਛੋਕੜ ਦੇ ਦਿਨਾਂ ਦੇ ਵਿੱਚ ਅੰਨਾ ਤਸ਼ੱਦਦ ਕੀਤਾ, ਇੱਥੋਂ ਤੱਕ ਕਿ ਗਰਭਵਤੀ ਔਰਤਾਂ ਦੇ ਬਜ਼ੁਰਗ ਵੀ ਨਹੀਂ ਛੱਡੇ, ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਸਾਹਮਣੇ ਚਾਚੇ ਤਾਏ ਅਤੇ ਉਹਨਾਂ ਦੇ ਬਾਪ ਡਾਂਗਾਂ ਦੇ ਨਾਲ ਕੁੱਟੇ। ਮੈਂ ਉਹਨਾਂ ਦੇ ਬਰਖਿਲਾਫ਼ ਹਾਂ। ਕੈਪਟਨ ਸਾਹਿਬ ਦੀ ਕਿਸੇ ਐੱਫ ਆਈ ਆਰ ਦੀ ਧਮਕੀ, ਗਿੱਦੜ ਧਮਕੀ ਤੋਂ ਮੈਂ ਡਰਨ ਵਾਲਾ ਨਹੀਂ ਗਾ। ਸਿਕਿਉਰਿਟੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਹੀਂ, ਸਿਕਿਉਰਿਟੀ ਡੀ ਜੀ ਪੀ ਨੇ ਨਹੀਂ, ਸਿਕਿਉਰਿਟੀ ਪੰਜਾਬ ਵਿਧਾਨ ਸਭਾ ਦੇ ਕਸਟੋਡੀਅਨ, ਪੰਜਾਬ ਵਿਧਾਨ ਸਭਾ ਦੇ ਹੁਕਮਾਂ ਤਹਿਤ ਹਰ ਐੱਮ ਐੱਲ ਏ ਨੂੰ ਮਿਲਦੀ ਹੈ। ਮੈਂ ਜਦੋਂ ਰਾਤ ਸਿਕਿਉਰਿਟੀ ਵਾਪਸ ਲੈ ਕੇ ਗਏ, ਮੈਂ ਡੀ ਜੀ ਪੀ ਐਂਡ ਸੀ ਪੀ ਨੂੰ ਇੱਕ ਟੈਕਸਟ ਮੈਸੇਜ ਕੀਤਾ, ਕਾਲ ਮੇਰੀ ਚੱਕੀ ਨਹੀਂ। ਮੈਂ ਉਹਨਾਂ ਨੂੰ ਲਿਖਿਆ ਵੀ ਪੰਜਾਬ ਵਿਧਾਨ ਸਭਾ ਵੱਲੋਂ ਕੋਈ ਐਸਾ ਔਰਡਰ ਹੁਕਮ ਹੋਵੇ ਮੈਨੂੰ ਸੈਂਡ ਕਰ ਦਿਓ। ਬੈਂਸ ਗਨਮੈਨਾਂ ਦੇ ਸਾਰੇ ਰਾਜਨੀਤੀ ਨਹੀਂ ਕਰਦਾ, ਬੈਂਸ ਪੰਜਾਬ ਦੇ ਲੋਕਾਂ ਦੇ ਸਪੋਰਟ ਅਤੇ ਸਹਿਯੋਗ ਸਦਕਾ, ਇਹ ਕਰਪਸ਼ਨ ਦੇ ਬਰਖਿਲਾਫ਼, ਅਨਿਆਂ ਅਤੇ ਤਸ਼ੱਦਦ ਢਾਉਣ ਵਾਲੇ ਅਫਸਰਾਂ ਦੇ ਬਰਖਿਲਾਫ਼ ਲੋਕਾਂ ਦੀ ਸਪੋਰਟ ਸਦਕਾ ਰਾਜਨੀਤੀ ਹੈ, ਚੰਗੇ ਭਵਿੱਖ ਵਾਸਤੇ ਰਾਜਨੀਤੀ ਹੈ। ਮੇਰੇ ਕੋਲ ਇੱਕ ਸਬ ਇੰਸਪੈਕਟਰ ਅਤੇ ਤਿੰਨ ਜਵਾਨ, ਟੋਟਲ ਚਾਰ ਸੀਗੇ, ਜਿਨ੍ਹਾਂ ਨੂੰ ਵਾਪਸ ਲੈ ਗਏ ਐਂਡ ਵਾਪਸ ਲਿਜਾ ਕੇ ਉਹਨਾਂ ਦੇ ਕੋਲੋਂ ਇੱਕ ਲਿਖਤ ਦੇ ਉੱਤੇ ਜ਼ਬਰਦਸਤੀ ਧਮਕੀ ਦੇ ਕੇ ਵੀ ਤੁਹਾਨੂੰ ਡਿਸਮਿਸ ਕਰ ਦਿਆਂਗੇ, ਸਾਈਨ ਕਰ ਦਿਓ। ਸਾਈਨ ਕਰਾਏ ਵੀ ਅਸੀਂ ਬੈਂਸ ਦੇ ਬਿਆਨ ਕਰਕੇ ਗੁੱਸੇ ਵਜੋਂ ਬੈਂਸ ਦੀ ਗਨਮੈਨੀ ਛੱਡ ਕੇ ਪੁਲਿਸ ਲਾਈਨ ਲੁਧਿਆਣਾ ਦੇ ਵਿੱਚ ਆਪਣੀ ਹਾਜ਼ਰੀ ਪਾਈ। ਮੇਰੇ ਕੋਲ ਇਹਨਾਂ ਗਨਮੈਨਾਂ ਦੀ ਜਿਹੜੀ ਮੇਰੇ ਸਟਾਫ ਮੈਂਬਰਾਂ ਨਾਲ ਟੈਲੀਫੋਨ ਦੇ ਉੱਤੇ ਗੱਲ ਹੋਈ ਵੀ ਸਾਡੇ ਕੋਲੋਂ ਜ਼ੋਰ ਜ਼ਬਰਦਸਤੀ ਡਿਸਮਿਸਲ, ਬਰਖਾਸਤਗੀ ਦਾ ਡਰਾਵਾ ਦੇ ਕੇ ਸਾਈਨ ਕਰਾਏ ਆ, ਉਹ ਆਡੀਓਜ਼ ਹੈਗੇ, ਮੈਂ ਤੁਹਾਨੂੰ ਉਹ ਵੀ ਦੇ ਦਿੰਦਾ। ਹੁਣ ਇੱਦੂ ਵੱਡੀ ਰਾਜਨੀਤੀ, ਕੈਪਟਨ ਅਮਰਿੰਦਰ ਸਿੰਘ ਦਾ ਬੈਂਸ ਬ੍ਰਦਰ ਫੋਬੀਆ, ਉਹਨਾਂ ਨੂੰ ਕਿਉਂ ਇੰਨਾ ਡਰ ਲੱਗਦਾ? ਉਹਨਾਂ ਨੂੰ ਕਿਉਂ ਬੈਂਸ ਬ੍ਰਦਰ ਪੋਲੀਟੀਕਲ ਵੰਡੈਟਾ? ਅੱਜ ਆਲ ਪਾਰਟੀ ਮੀਟਿੰਗ ਸੱਦਿਆ ਨਹੀਂ, ਦੂਸਰੀ ਆਲ ਪਾਰਟੀ ਮੀਟਿੰਗ ਆ, ਲੋਕ ਇਨਸਾਫ ਪਾਰਟੀ ਦੇ ਦੋ ਐੱਮ ਐੱਲ ਏ ਪੰਜਾਬ ਵਿਧਾਨ ਸਭਾ ਦੇ ਅੰਦਰ ਆ। ਇਸ ਨਾਰਾਜ਼ਗੀ ਦਾ, ਕੈਪਟਨ ਅਮਰਿੰਦਰ ਸਿੰਘ ਜੀ ਦਾ ਕਾਰਨ ਸਿਟੀ ਸੈਂਟਰ ਸਕੈਮ। ਮੁੱਖ ਮੰਤਰੀ ਸਾਹਿਬ ਕਲੋਜ਼ਰ ਰਿਪੋਰਟ ਦਿੰਦੇ ਆ, ਬੈਂਸ ਸੁਪਰੀਮ ਕੋਰਟ ਅਤੇ ਹਾਈ ਕੋਰਟ ਗਿਆ ਕਿ ਇਹ ਕਲੋਜ਼ਰ ਰਿਪੋਰਟ ਗਲਤ ਹੋਈ ਆ, ਕੈਪਟਨ ਅਮਰਿੰਦਰ ਸਿੰਘ ਟ੍ਰਾਇਲ ਫੇਸ ਕਰਨ, ਬਹੁ ਕਰੋੜੀ ਸਕੈਂਡਲ। ਕੈਪਟਨ ਸਾਹਿਬ, ਤੁਹਾਡੀਆਂ ਧਮਕੀਆਂ ਐੱਫ ਆਈ ਆਰਾਂ ਤੋਂ ਡਰਨ ਵਾਲਾ ਨਹੀਂ, ਸੱਚਾਈ ਦੇ ਲਈ ਖੜਿਆ, ਅੱਜ ਵੀ ਖੜਾਂ ਅਤੇ ਕੱਲ੍ਹ ਵੀ ਖੜਦਾ ਰਹਾਂਗਾ। ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਕੈਬਨਿਟ ਸਬਾਰਡੀਨੇਟ ਮਿਨਿਸਟਰ ਦੇ ਕੋਲੋਂ ਇਹ ਸਾਰੀਆਂ ਸਟੇਟਮੈਂਟਸ ਦਵਾ ਰਹੇ ਆ, ਉਹ ਵਿਚਾਰੇ ਆਪ, ਉਹਨਾਂ ਨੂੰ ਸਭ ਸੱਚਾਈ ਦਾ ਪਤਾ, ਉਹ ਆਪਣੇ ਇੱਥੋਂ ਆਤਮਾ 'ਚੋਂ ਨਹੀਂ ਬੋਲ ਰਹੇ, ਉਹ ਕੈਪਟਨ ਅਮਰਿੰਦਰ ਸਿੰਘ ਜੋ ਉਹਨਾਂ ਤੋਂ ਬੁਲਵਾ ਰਿਹਾ ਮਜਬੂਰੀ ਬਸ ਉਹ ਬੋਲ ਰਹੇ ਆ। ਕੈਪਟਨ ਅਮਰਿੰਦਰ ਸਿੰਘ, ਮੈਂ ਕਹੂੰਗਾ, ਰਾਜਨੀਤੀ ਕਰ ਰਹੇ ਆ। ਕੈਪਟਨ ਅਮਰਿੰਦਰ ਸਿੰਘ ਨੂੰ ਬੈਂਸ ਬ੍ਰਦਰ ਬਿਓ ਵਰਗੇ, ਜ਼ਹਿਰ ਵਰਗੇ ਕੜਵੇ ਕਿਉਂ ਲੱਗਦੇ ਆ? ਕਿਉਂਕਿ ਸਿਟੀ ਸੈਂਟਰ ਸਕੈਮ ਨੂੰ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਿੱਚ ਚੈਲੰਜ ਬੈਂਸ ਬ੍ਰਦਰ ਨੇ ਕੀਤਾ। ਮੈਂ ਕੈਪਟਨ ਸਾਹਿਬ ਫਿਰ ਕਹਿਣਾ ਚਾਹੂੰਗਾ ਕਿ ਸਾਡੇ ਦੇਸ਼ ਦਾ ਕਾਨੂੰਨ ਲਚਕੀਲਾ ਪਰ ਕਠੋਰ ਜ਼ਰੂਰ ਆ। ਕਠੋਰਤਾ ਦਿਖਾਈ ਲਾਲੂ ਪ੍ਰਸ਼ਾਦ ਯਾਦਵ ਅਤੇ ਚੁਟਾਲੇ ਅੱਜ ਵੀ ਤਿਹਾੜ ਜੇਲ੍ਹ ਦੇ ਵਿੱਚ ਚੱਕੀ ਪੀ ਰਹੇ ਆ ਬੈਠੇ। ਮੈਨੂੰ, ਮੈਂ ਪੰਜਾਬ ਦੇ ਲੋਕਾਂ ਦਾ ਵਾਚਮੈਨ ਹੈਗਾ, ਮੈਨੂੰ ਪੰਜਾਬ ਦੇ ਲੋਕ ਜੋ ਹੁਕਮ ਕਰਨਗੇ ਉਹ ਮੇਰੀ ਸਟ੍ਰੈਟਜੀ ਹੋਊਗੀ। ਇਸ ਸਾਰੇ ਘਟਨਾ ਕ੍ਰਮ ਦੀ ਇੱਕ ਲਿਖਤ ਰੂਪ ਦੇ ਵਿੱਚ ਮੇਲ ਕਸਟੋਡੀਅਨ ਆਫ ਲੈਜਿਸਲੇਚਰ ਅਸੈਂਬਲੀ ਪੰਜਾਬ ਸਪੀਕਰ ਸਾਹਿਬ ਨੂੰ ਮੈਂ ਜ਼ਰੂਰ ਦੇਵਾਂਗਾ ਉਹਨਾਂ ਦੀ ਜਾਣਕਾਰੀ ਵਾਸਤੇ।